ਦਾ ਆਪਣਾ ਆਪਾ ਰੂਹ ਹੈ। ਰੂਹ ਨੂੰ ਪਤੀ ਕਥਨ ਕੀਤਾ ਹੈ, ਦੇਹ ਨੂੰ ਇੱਥੇ ਇਸਤਰੀ ਰੂਪ ਕਥਨ ਕੀਤਾ ਹੈ। ਇਸ ਤਰੀਕੇ ਸੇ ਦੋਨਾਂ ਦਾ ਇਸ ਸ਼ਬਦ ਵਿੱਚ ਸੰਵਾਦ ਜਿਣਾ ਹੈ। ਧਿਆਨ ਦੇ ਕੇ ਸੁਣੋ, ਜ਼ਰਾ ਸਮਝ ਆਏਗਾ। ਟਿੱਚਰ ਵਸੇ ਸਹੇਲੜੀ, ਜਿੱਚਰ ਸਾਥੀ ਨਾਲ, ਜਾਂ ਸਾਥੀ ਉੱਠ ਚੱਲਿਆ ਤਾਂ ਤਨਖਾਹ ਪੂਰਾ। ਮਨ ਵੈਰਾਗ ਪਿਆ ਦਰਸ਼ਨ ਦੇਖਣੇ ਕਾ ਚਾਉ, ਤਨ ਸੋ ਤੇਰਾ ਥਾਨ, ਜਿੱਚਰ ਵਸਿਆ ਕੰਤ ਘਰ, ਜੀਓ ਜੀਓ ਸਭ ਕਹਾਤ, ਜਾਂ ਉੱਠੀ ਚਲਸੀ ਕੰਤੜਾ ਤਾਂ ਕੋਈ ਨਾ ਪੁੱਛੇ ਤੇਰੀ ਬਾਤ। ਪੇ ਵਿਕੜੇ ਸ਼ੋ ਸੇਵ ਤੂੰ, ਸਹੁਰੜੇ ਸੁਖ ਵਸ, ਗੁਰਮਿਲ ਚੱਜ ਆਚਾਰ ਸਿੱਖ, ਤੁਦ ਕਦੇ ਨਾ ਲਾਗੇ ਦੁੱਖ। ਸਭਨੀ ਸਹੁਰੇ ਵੰਜਣਾ, ਸਭ ਮੁਕਲਾਵਣ ਹਾਰ, ਨਾਨਕ ਤਨ ਸੁਹਾਗਣੀ ਜਿਨ ਸ਼ੋ ਨਾਰ। ਪਿਆ ਦੱਸਿਆ ਵੀ ਉਤਨੀ ਦੇਰ ਤੱਕ ਇਹਦੇ ਸੌਖੀ ਵਸਦੀ ਹੈ, ਜਿੰਨੀ ਦੇਰ ਤੱਕ ਜੀਵਾਤਮਾ ਰੂਪੀ ਪਤੀ ਇਹਦੇ ਵਿੱਚ ਵਸਦਾ ਹੈ। ਜਦੋਂ ਇਹ ਪ੍ਰਾਣ ਤੇ ਸਵਾਰ ਹੋ ਕੇ ਇਹਦੇ ਵਿੱਚੋਂ ਚਲਾ ਗਿਆ, ਇਹਦੀ ਦੁਰਦਸ਼ਾ ਹੋ ਜਾਏਗੀ। ਇਹਨੂੰ ਫੂਕ ਦੇਣਗੇ, ਦੱਬ ਦੇਣਗੇ, ਜਾਂ ਕਾਂ ਕੁੱਤੇ ਖਾ ਜਾਣਗੇ, ਇਹਦੀ ਹਾਲਤ ਹੋ ਜਾਏਗੀ। ਇਸ ਕਰਕੇ ਜਿਤਨੀ ਦੇਰ ਤੱਕ ਦੇਹ ਅਤੇ ਆਤਮਾ ਦਾ ਸੰਯੋਗ ਹੈ, ਇਸ ਤੋਂ ਕੰਮ ਲਿਆ ਜਾ ਸਕਦਾ, ਪਰਲੋਕ ਸਵਾਰਨ ਵਾਸਤੇ ਉਪਰਾਲਾ ਕੀਤਾ ਜਾ ਸਕਦਾ ਹੈ।